ਦੀ ਹਫ਼ਤਾ ਚੱਲ ਰਿਹਾ ਅਤੇ ਉਹਦੇ ਲਈ ਅਸੀਂ ਇੱਥੇ ਮੱਥਾ ਟੇਕਣ ਆਏ ਸੀ। ਜਦੋਂ ਵੀ ਹਰਿਮੰਦਰ ਸਾਹਿਬ ਆਈਦਾ ਮਤਲਬ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ, ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ। ਬਸ ਬਹੁਤ ਅੱਛਾ ਲੱਗ ਰਿਹਾ ਔਰ ਹਮੇਸ਼ਾ ਦੀ ਤਰ੍ਹਾਂ ਗੁਰੂ ਮਹਾਰਾਜ ਮਿਹਰ ਕਰਨਗੇ, ਕਿਰਪਾ ਕਰਨਗੇ ਸਾਰਿਆਂ 'ਤੇ। ਇੱਥੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਅਤੇ ਉਹਦੇ ਲਈ ਅਸੀਂ ਇੱਥੇ ਮੱਥਾ ਟੇਕਣ ਆਏ ਸੀ। ਔਰ ਬਾਕੀ ਜਦੋਂ ਵੀ ਹਰਿਮੰਦਰ ਸਾਹਿਬ ਆਈਦਾ ਮਤਲਬ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ, ਇੱਕ ਅਲੱਗ ਸ਼ਾਂਤੀ ਮਿਲਦੀ ਹੈ ਦਿਲ ਨੂੰ। ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਜਾਂਦੇ ਹਾਂ ਆਪਣੇ ਪਰਿਵਾਰ ਲਈ, ਆਪਣੇ ਚਾਹੁਣ ਵਾਲਿਆਂ ਲਈ, ਸਾਰਿਆਂ ਲਈ। ਅਤੇ ਮੇਰੇ ਬੱਚੇ ਨਾਲ ਆਏ ਹੈ, ਸੁਰਿਆਂਸ਼ ਔਰ ਮਨਵੀਰ ਔਰ ਮੇਰੇ ਦੋਸਤ ਨੇ ਸਾਬੀ ਭਾਅ ਜੀ, ਅਤੇ ਭਾਅ ਜੀ ਨੂੰ ਤੁਸੀਂ ਜਾਣਦੇ ਹੋ, ਸਰਬਜੀਤ ਭਾਅ ਜੀ ਸਾਡੇ। ਅਤੇ ਬਸ ਬਹੁਤ ਅੱਛਾ ਲੱਗ ਰਿਹਾ ਔਰ ਹਮੇਸ਼ਾ ਦੀ ਤਰ੍ਹਾਂ ਗੁਰੂ ਮਹਾਰਾਜ ਮਿਹਰ ਕਰਨਗੇ, ਕਿਰਪਾ ਕਰਨਗੇ ਸਾਰਿਆਂ 'ਤੇ। ਮੈਂ ਜੀ ਹੁਣੇ ਇੱਕ ਸ਼ਹੀਦੀ ਦਿਹਾੜਿਆਂ 'ਤੇ ਇੱਕ ਧਾਰਮਿਕ ਗੀਤ ਕੀਤਾ ਰਿਕਾਰਡ, ਮੰਨਤ ਨੂਰ ਦੀ ਆਵਾਜ਼ ਦੇ ਵਿੱਚ। ਉਹਦਾ ਟਾਈਟਲ ਹੈ ਦਾਦੀ ਮਾਂ। ਅਤੇ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੈ, ਤੁਹਾਨੂੰ ਮੇਰੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਹੋਣਾ। ਉਹਦੀ ਵੈਸੇ ਮੈਂ ਬੋਲ ਕੇ ਦੱਸ ਦਿੰਦਾ ਵੀ ਉਹਦੇ ਬੋਲ ਨੇ ਕਿ ਛਾਤੀ ਨਾਲ ਲਾਲੇ ਘੁੱਟ ਕੇ ਪੁੱਤ ਦੇ ਲਾਡਲੇ ਪਿਆਰੇ, ਦਾਦੀ ਮਾਂ ਨੇ ਛਾਤੀ ਨਾਲ ਲਾਲੇ ਘੁੱਟ ਕੇ, ਮਤਲਬ ਉਹ ਉਸ ਰਾਤ ਦਾ ਇੱਕ ਬਿਆਨ ਹੈ ਜਦੋਂ ਮਤਲਬ ਉਹ ਇੱਕ ਦਾਦੀ ਦੇ ਦਿਲ ਦਾ ਦਰਦ ਹੈ ਜੋ ਉਹਨਾਂ ਨੇ ਉਸ ਵੇਲੇ ਹੰਢਾਇਆ ਸੀ ਜਾਂ ਹੰਢਾਇਆ ਹੋਏਗਾ। ਅਤੇ ਉਸ ਬਾਰੇ ਇੱਕ ਗੀਤ ਰਿਕਾਰਡ ਕੀਤਾ ਹੈ, ਸੰਗਤ ਦੇ ਰੂਬਰੂ ਕੀਤਾ, ਅਤੇ ਸੰਗਤ ਵੱਲੋਂ ਬਹੁਤ ਹੁੰਗਾਰਾ ਵੀ ਮਿਲਿਆ ਉਹਨੂੰ, ਔਰ ਅਸੀਂ ਬਹੁਤ ਧੰਨਵਾਦੀ ਹਾਂ। ਅਤੇ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਹੀ ਕੁਛ ਨਾ ਕੁਛ ਇੱਦਾਂ ਦਾ ਕਰਦੇ ਰਹੀਏ ਅਤੇ ਜਿਹਦੇ ਨਾਲ ਅਸੀਂ ਸੰਗਤ ਨਾਲ ਜੁੜੇ ਰਹੀਏ। ਸਰੋਤਿਆਂ ਨੂੰ ਕੁਛ ਸੰਦੇਸ਼ ਦੇਣਾ ਚਾਹੁੰਦੇ? ਸਰੋਤਿਆਂ ਨੂੰ ਬਸ ਸਰੋਤਿਆਂ ਨੂੰ ਇਹੀ ਕਹਿਣਾ ਹੈ ਕਿ ਜੀ ਪਿਆਰ ਕਰਦੇ ਰਹੋ, ਚੰਗਾ ਸੁਣੋ, ਚੰਗੇ ਕਲਾਕਾਰਾਂ ਨੂੰ ਪਿਆਰ ਕਰੋ ਔਰ ਚੰਗਾ ਸੰਗੀਤ ਸੁਣੋ, ਨਸ਼ਿਆਂ ਤੋਂ ਦੂਰ ਰਹੋ, ਕਿਉਂਕਿ ਇਹ ਕੁਛ ਚੀਜ਼ਾਂ ਐਸੀਆਂ ਨੇ ਜੋ ਆਈ ਥਿੰਕ ਸਾਡੇ ਯੂਥ ਲਈ ਬਹੁਤ ਨੁਕਸਾਨਦੇਹ ਹੈਗੀਆਂ। ਅਤੇ ਜਿੰਨਾ ਦੂਰ ਰਹੋਗੇ ਨਸ਼ੇ ਤੋਂ ਉਨਾ ਤੁਹਾਡੀ ਜ਼ਿੰਦਗੀ ਚੰਗੀ ਰਹੇਗੀ। ਧੰਨਵਾਦ।